ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੇਵ ਸਿੱਧੂ ਅਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਰਾਬਤਾ ਅੱਜ ਮੇਰੇ ਨਾਲ ਨੇ ਅਜੈਬ ਸਿੰਘ ਚੱਠਾ ਜੀ ਕੈਨੇਡਾ ਤੋਂ ਵਰਲਡ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਭਾਅ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਆਸਟ੍ਰੇਲੀਆ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਅਤੇ ਸਾਰੇ ਹੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਅ ਜੀ ਔਰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਪੰਜਾਬੀ ਕਮਿਊਨਿਟੀ ਲਈ ਪੰਜਾਬੀ ਲੈਂਗੁਏਜ ਲਈ ਸਾਡੇ ਅਸਲ ਕਲਚਰ ਲਈ ਜਾਂ ਕਹਿ ਸਕਦੇ ਹਾਂ ਉਹਦੇ ਲਈ ਬਹੁਤ ਅੱਛਾ ਉਪਰਾਲਾ ਕਰ ਰਹੇ ਹੋ ਪੰਜਾਬੀ ਵਰਲਡ ਕਾਨਫਰੰਸ ਅਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਤੁਹਾਡੇ ਮੁੱਖੋਂ ਕੀ ਇਸ ਨੂੰ ਜੇ ਇਲੈਬੋਰੇਟ ਕਰਨਾ ਹੋਵੇ ਇਸ ਦਾ ਜਿਹੜਾ ਮੋਟਿਵ ਹੈ ਕਿਉਂ ਇਹ ਹੋਂਦ ਵਿੱਚ ਆਈ ਇਹ ਵਰਲਡ ਪੰਜਾਬੀ ਕਾਨਫਰੰਸ ਇੱਕ 2008 ਦੇ ਵਿੱਚ ਕੁਲਦੀਪ ਨਈਅਰ ਜੀ ਦੀ ਰਿਪੋਰਟ ਆਈ ਸੀਗੀ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ 50 ਸਾਲਾਂ ਦੇ ਵਿੱਚ ਯੂਨੈਸਕੋ ਦੀ ਇੱਕ ਰਿਪੋਰਟ ਹੈਗੀ ਆ ਵੀ 50 ਸਾਲਾਂ ਦੇ ਵਿੱਚ ਪੰਜਾਬੀ ਭਾਸ਼ਾ ਖਤਮ ਹੋ ਜੂਗੀ ਅਤੇ ਸਾਨੂੰ ਇਹ ਲੱਗਾ ਵੀ ਜੇ ਵਾਕਈ ਪੰਜਾਬੀ ਭਾਸ਼ਾ ਖਤਮ ਹੋ ਜਾਵੇ ਤਾਂ ਬਹੁਤ ਸਾਰਾ ਪੰਜਾਬੀ ਭਾਸ਼ਾ ਵਿੱਚ ਸਾਹਿਤ ਲਿਖਿਆ ਹੋਇਆ ਉਸ ਤੋਂ ਵੀ ਵੱਧ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਸਾਡੇ ਨਾਲ ਪੰਜਾਬੀ 'ਚ ਉਹਨਾਂ ਗੱਲਾਂ ਕਰਦੇ ਆ ਅਤੇ ਜੇ ਕਿਤੇ ਪੰਜਾਬੀ ਭਾਸ਼ਾ ਖਤਮ ਹੋ ਜਾਵੇ ਤਾਂ ਕੱਲ੍ਹ ਨੂੰ ਸੰਸਕ੍ਰਿਤ ਵਾਂਗੂ ਕੁਛ ਭਾਈ ਜਾਂ ਗ੍ਰੰਥੀ ਨਾ ਰਹਿ ਜਾਣ ਜਿਹੜੇ ਸਾਨੂੰ ਦੱਸਿਆ ਕਰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ ਹੈਗਾ ਇਸ ਕਰਕੇ ਅਸੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ ਕੀਤੀ ਸੀ ਕਿੰਨੀਆਂ ਕਾਨਫਰੰਸ ਹੋ ਚੁੱਕੀਆਂ ਇਹ ਹੁਣ ਤੱਕ 4 ਹੋ ਚੁੱਕੀਆਂ ਅਤੇ 5ਵੀਂ ਵਿਸ਼ਵ ਪੰਜਾਬੀ ਕਾਨਫਰੰਸ ਹੈਗੀ ਆ ਪਹਿਲੀ 2009 ਦੇ ਵਿੱਚ ਹੋਈ ਦੂਸਰੀ 2011 'ਚ ਹੋਈ ਤੀਸਰੀ 2015 ਫਿਰ 2017 ਅਤੇ ਹੁਣ 2019 ਦੇ ਵਿੱਚ ਜੂਨ 'ਚ 28-29 ਨੂੰ ਹੋ ਰਹੀ ਆ ਇਹ 5ਵੀਂ ਵਿਸ਼ਵ ਪੰਜਾਬੀ ਕਾਨਫਰੰਸ ਹੈਗੀ ਆ ਭਾਅ ਜੀ ਦੇਖੋ ਇਸ ਦੇ ਨਾਲ ਨਾਲ ਮੈਂ ਜ਼ਰੂਰ ਜਾਣਨਾ ਚਾਹੂੰਗਾ ਕਿ ਕਦੋਂ ਹਮੇਸ਼ਾ ਅਸੀਂ ਇੱਕ ਕਾਰੋਬਾਰ ਵੱਲ ਵੱਧਦੇ ਹਾਂ ਅਤੇ ਦੇਖਦੇ ਹਾਂ ਇਹ 'ਚ ਮੁਨਾਫਾ ਹੈ ਜਾਂ ਨਹੀਂ ਹੈ ਉਵੇਂ ਦੇਵਾਂ ਇਹ ਵੀ ਇੱਕ ਤੁਹਾਡਾ ਇਨੀਸ਼ੀਏਟ ਆ ਤੁਸੀਂ ਸ਼ੁਰੂ ਕੀਤਾ ਪਹਿਲੀ ਕਰੀ ਦੂਜੀ ਕਰੀ ਤੀਜੀ ਕਰੀ ਇਹ 4 ਦੇ ਨਿਚੋੜ ਤੋਂ ਤੁਸੀਂ ਤੁਹਾਨੂੰ ਕੀ ਲੱਗਿਆ ਆਪਾਂ ਨੂੰ ਕੀ ਤਾਂ ਉਹਦੇ ਵਿੱਚ ਕੋਈ ਪ੍ਰਾਪਤੀ ਹੋਈ ਜਾਂ ਤੁਹਾਨੂੰ ਲੱਗਿਆ ਵੀ ਆਪਾਂ ਨੂੰ ਇਹਦੀ ਕੋਈ ਵਧੀਆ ਆਊਟਪੁੱਟ ਆਈ ਹੈ ਜਾਂ ਮਤਲਬ ਕੀ ਕਹੋਗੇ ਤੁਸੀਂ ਉਸ 4 ਦੇ ਰਿਜ਼ਲਟ ਨੂੰ ਕਿੱਥੇ ਰੱਖ ਦੇਖਦੇ ਹੋ ਤੁਸੀਂ ਇਹ ਸ਼ੁਰੂ ਸ਼ੁਰੂ ਦੇ ਵਿੱਚ ਤਾਂ ਉਹ ਉਸਗਾ ਵੀ ਸਾਹਿਤਕਾਰ ਆ ਗਏ ਅਤੇ ਗੱਲਾਂ ਕਰਕੇ ਚਲੇ ਗਏ ਅਤੇ ਸਾਨੂੰ ਵੀ ਕੋਈ ਤਜਰਬਾ ਨਹੀਂ ਸੀਗਾ ਅਤੇ 2015 ਦੀ ਕਾਨਫਰੰਸ ਤੋਂ ਬਾਅਦ ਸਾਨੂੰ ਇਹ ਲੱਗਾ ਵੀ ਇੰਨਾ ਅਸੀਂ ਟਾਈਮ ਵੀ ਲਾਉਂਦੇ ਹਾਂ ਵਿਦਵਾਨਾਂ ਨੂੰ ਵੀ ਸੱਦਦੇ ਹਾਂ ਇਹਨਾਂ ਦਾ ਫਾਇਦਾ ਉਠਾਇਆ ਜਾਵੇ ਅਤੇ 2015 ਦੇ ਵਿੱਚ ਇਹ ਗੱਲ ਇਹ ਚੱਲੀ ਸੀ ਵੀ ਨੈਤਿਕਤਾ ਦੇ ਬਾਰੇ ਠੀਕ ਹੈ ਨੈਤਿਕਤਾ ਕੀ ਹੁੰਦੀ ਹੈਗੀ ਆ ਜਦੋਂ ਭਾਲਣ ਲੱਗੇ ਤਾਂ ਸਾਨੂੰ ਇੱਕ ਵੀ ਕੋਈ ਨੈਤਿਕਤਾ ਨੂੰ ਸਕੂਲਾਂ 'ਚ ਪੜ੍ਹਾਉਣ ਵਾਲੀ ਕਿਤਾਬ ਨਹੀਂ ਮਿਲੀ ਸੀ ਅਤੇ ਉਹ 2017 ਦੀ ਜਿਹੜੀ ਕਾਨਫਰੰਸ ਰੱਖੀ ਸੀਗੀ ਉਹ ਸੀ ਨੈਤਿਕਤਾ ਦੇ ਉੱਪਰ ਹੀ ਰੱਖੀ ਸੀਗੀ ਪੰਜਾਬੀ ਭਾਸ਼ਾ ਦਾ ਭਵਿੱਖ ਵੀ ਅਤੇ ਨਾਲ ਨੈਤਿਕਤਾ ਅਤੇ ਉਸ ਤੋਂ ਬਾਅਦ ਅਸੀਂ ਨੈਤਿਕਤਾ ਦੇ ਉੱਪਰ ਕਿਤਾਬ ਵੀ ਛਪਵਾਈ ਰੈਜੂਲੇਸ਼ਨ ਪਾਸ ਕਰਕੇ ਇਹ ਭਾਰਤ ਵਿੱਚ ਵੀ ਭੇਜੇ ਕੈਨੇਡਾ ਵਿੱਚ ਵੀ ਭੇਜੇ ਪਾਕਿਸਤਾਨ ਦੇ ਵਿੱਚ ਵੀ ਭੇਜੇ ਉਹਦੇ ਬੇਸ ਜਿਹੜੀ ਕਿਤਾਬ ਤਿਆਰ ਹੋਈ ਸੀਗੀ ਅਤੇ ਮੈਂ ਤੁਹਾਨੂੰ ਬੜੀ ਖੁਸ਼ੀ ਦੀ ਗੱਲ ਹੈਗੀ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 6ਵੀਂ ਤੋਂ ਲੈ ਕੇ 10ਵੀਂ ਤੱਕ ਹਰੇਕ ਹਫ਼ਤੇ ਇੱਕ ਪੀਰੀਅਡ ਲਾ ਦਿੱਤਾ ਮੈਂ ਸਮਝਦਾ ਵੀ ਇਹ ਸਾਡੀ ਵਿਸ਼ਵ ਪੰਜਾਬੀ ਕਾਨਫਰੰਸ ਦੀ ਬੜੀ ਵੱਡੀ ਇੱਕ ਪ੍ਰਾਪਤੀ ਹੈਗੀ ਆ ਨੈਤਿਕਤਾ ਹੁਣ ਤੋਂ ਪਹਿਲਾਂ ਕੋਈ ਲੋਕਾਂ ਨੂੰ ਅੱਜ ਤੱਕ ਪੜ੍ਹੀ ਨਹੀਂ ਗਈ ਸੀ ਕੋਈ ਕਿਤਾਬ ਵੀ ਨਹੀਂ ਸੀਗੀ ਅਤੇ ਨਹੀਂ ਕਿਤਾਬ ਸੀਗੀ ਤਾਂ ਉਹਦਾ ਕਾਰਨ ਵੀ ਸੀਗਾ ਅਤੇ ਲੋੜ ਵੀ ਨਹੀਂ ਸੀ ਕਿਉਂਕਿ ਉਹ ਸਾਰੇ ਹੀ ਗੁਣ ਪਹਿਲਾਂ ਸਾਂਝੇ ਪਰਿਵਾਰ 'ਚੋਂ ਮਿਲ ਜਾਂਦੇ ਸੀ ਹੁਣ ਸਾਂਝੇ ਪਰਿਵਾਰ ਖਤਮ ਹੋ ਰਹੇ ਆ ਅਧਿਆਪਕਾਂ ਦੇ ਕੋਲ ਸਿਲੇਬਸ ਤੋਂ ਵੱਧ ਟਾਈਮ ਹੈ ਨਹੀਂ ਗਾ ਸਮਾਜ ਦਾ ਬੰਦਾ ਕੋਈ ਵੀ ਤੁਹਾਡੇ ਦੂਸਰੇ ਦੀ ਜ਼ਿੰਦਗੀ ਵਿੱਚ ਦਖਲ ਨਹੀਂ ਦਿੰਦਾ ਇਸ ਕਰਕੇ ਬਹੁਤ ਜ਼ਰੂਰੀ ਸੀਗਾ ਵੀ ਨੈਤਿਕਤਾ ਦੀ ਸਿੱਖਿਆ ਦਾ ਬੱਚਿਆਂ ਨੂੰ ਜਾਣੂ ਕਰਾਇਆ ਜਾਵੇ ਕਿਉਂਕਿ ਨੈਤਿਕਤਾ ਤੋਂ ਬਿਨਾਂ ਹਰੇਕ ਕਿਸਮ ਦੀ ਪੜ੍ਹਾਈ ਅਧੂਰੀ ਆ ਜੇ ਮੈਂ ਇਹ ਕਹਿ ਲਵਾਂ ਨੈਤਿਕ ਗੁਣਾਂ ਤੋਂ ਬਿਨਾਂ ਇਨਸਾਨ ਹੀ ਅਧੂਰਾ ਬਿਲਕੁਲ ਅੱਜ ਨੈਤਿਕਤਾ ਜੇ ਨਾ ਹੋਣ ਕਰਕੇ ਡਾਕਟਰ ਵੀ ਮਰੇ ਹੋਏ ਬੰਦਿਆਂ ਦੀ ਆਕਸੀਜਨ ਲਾਈ ਜਾਂਦੇ ਆ ਜਿਸ 'ਚ ਨੈਤਿਕਤਾ ਨਾ ਹੋਵੇ ਉਹ ਜੱਜ ਵੀ ਗਲਤ ਫੈਸਲੇ ਕਰਦੇ ਆ ਜਿਸ 'ਚ ਨੈਤਿਕਤਾ ਨਾ ਹੋਵੇ ਉਸ ਇੰਜੀਨੀਅਰ ਦੇ ਪੁਲ ਵੀ ਡਿੱਗਦੇ ਆ ਇਸ ਕਰਕੇ ਇੱਕ ਕੰਪਲੀਟ ਇਨਸਾਨ ਬਣਾਉਣ ਲਈ ਨੈਤਿਕਤਾ ਦੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈਗੀ ਆ ਬਿਲਕੁਲ ਭਾਅ ਜੀ ਔਰ ਨੈਤਿਕਤਾ ਨੂੰ ਲੈ ਕੇ ਜੇ ਅਸੀਂ ਚੱਲੀਏ ਤਾਂ ਇੱਕ ਚੰਗੇ ਇਨਸਾਨ ਦੀ ਆਪਣੇ ਕੰਮ ਨੂੰ ਓਨੈਸਟੀ ਜਿਹੜੀ ਹੈਗੀ ਆ ਪੂਰ ਕੰਮ ਦੀ ਪੂਰਤੀ ਦੇ ਲਈ ਉਹਦੇ ਵਿੱਚ ਨੈਤਿਕਤਾ ਹੋਣੀ ਜ਼ਰੂਰੀ ਹੈ ਔਰ ਵਿਸ਼ਾ ਚਾਹੇ ਕੋਈ ਵੀ ਹੋਵੇ ਕਾਰੋਬਾਰ ਕੋਈ ਵੀ ਹੋਵੇ ਸੋ ਇੱਕ ਆਪਣੇ ਕੰਮ ਪ੍ਰਤੀ ਓਨੈਸਟੀ ਪੈਦਾ ਕਰਨ ਲਈ ਉਹਦੇ 'ਚ ਨੈਤਿਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਇਹ ਗੱਲ ਭਲੀ ਭਾਂਤੀ ਅਸੀਂ ਜਾਣਦੇ ਹਾਂ ਪਰ ਉਸ ਦੇ ਨਾਲ ਨਾਲ ਕੁਛ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਜਿਨ੍ਹਾਂ ਨਾਲ ਸਾਨੂੰ ਲੜਨਾ ਪੈ ਰਿਹਾ ਜਿਹਨੂੰ ਲੜਨ ਦੀ ਸ਼ਕਤੀ ਸਾਨੂੰ ਇਸ ਨੈਤਿਕਤਾ ਤੋਂ ਮਿਲਣੀ ਹੈ ਅਤੇ ਇਸ ਤੋਂ ਇਲਾਵਾ ਕਿਤਾਬ ਤੋਂ ਇਲਾਵਾ ਜਿਹੜੇ ਸਕੂਲਾਂ ਤੋਂ ਬਾਹਰ ਆਲਰੇਡੀ ਪੜ੍ਹ ਚੁੱਕੇ ਨੇ ਜੇ ਅਸੀਂ ਕਾਲਜਾਂ ਦੀ ਗੱਲ ਕਰੀਏ ਜਾਂ ਅਸੀਂ ਕਾਰੋਬਾਰਾਂ 'ਚ ਪੈ ਚੁੱਕੇ ਲੋਕਾਂ ਦੇ ਵਿੱਚ ਜਿਨ੍ਹਾਂ 'ਚ ਆਲਰੇਡੀ ਉਹ ਸਮਾਂ ਖੁੰਝ ਗਿਆ ਅਸੀਂ ਕਹਿ ਸਕਦੇ ਹਾਂ ਕਿਤਾਬ ਤਾਂ ਹੁਣ ਲੱਗੀ ਹੈ ਜੀ
पर उस जिहड़े भी साडे आम जिंदगी दे विच इन्नियां समाजिक कुरीतियां ने बुराइयां ने बड़ा कुछ चल रहा है तो उन्हां तक जिहड़ी इह नैतिकता दी जिहड़ी एजुकेशन आ असीं कह सकदे आ अवेयरनैस है उह किवें पहुंचाई जावे जी। ਤਾਂ ਡੈਡੀ ਗੱਲ ਬਹੁਤ ਵਧੀਆ ਹੈਗੀ ਆ। ਬਹੁਤ ਵਾਰੀ ਮੈਨੂੰ ਬਹੁਤ ਕਿਹਾ ਵੀ ਆ ਲੱਚਰ ਗਾਣੇ ਗਾ ਹੁੰਦੇ ਆ ਇਹਨਾਂ ਦੇ ਵਿਰੁੱਧ ਕਰੋ, ਆਹ ਡਰੱਗ ਦਾ ਮਸਲਾ ਚੱਲਿਆ ਜੀ ਇਹਦੇ ਵਿਰੁੱਧ ਚਲੋ। ਉਹਨਾਂ ਨੂੰ ਇੱਕੋ ਹੁੰਦਾ ਹੈਗਾ ਵੀ ਜੇ ਅਸੀਂ ਨੈਤਿਕਤਾ ਸਿਖਾਲ ਦਈਏ ਇਹ ਸਾਰੀਆਂ ਬਿਮਾਰੀਆਂ ਉਹੀ ਖਤਮ ਹੋ ਜਾਣੀਆਂ। ਹਾਂ ਅੱਜ ਤੋਂ ਪਹਿਲਾਂ ਜਿਹੜੇ ਵੱਡੇ ਬੰਦੇ ਹੋ ਚੁੱਕੇ ਆ ਉਹਨਾਂ 'ਚ ਆਲਰੇਡੀ ਨੈਤਿਕਤਾ ਦੇ ਗੁਣ, ਮੈਂ ਇੱਕ ਆਪਣੇ ਤੌਰ 'ਤੇ ਕਹਿਣਾ ਹੋਵੇ 90-95% ਬੰਦੇ 'ਚ ਨੈਤਿਕਤਾ ਬਹੁਤ ਹੁੰਦੀ ਆ, ਪਹਿਲਾਂ ਵੀ ਸੀ ਅੱਜ ਵੀ ਹੈਗੀ ਆ, पर सिर्फ 4-5 बंदे होंगे जिन्हें नैतिकता की घाट होंगी आ, पर खबर उन्हों दी बनदी। मैं बहुत बारी कहा भी 85 एक जहाज डिगा सगा तो अज तक खबर उ चलाई जाने भी जहाज डिगया सगा, किन्ने जहाज रोज सेफ चढ़ते हैं तो सेफ उतरते उन्हों की गल नहीं बनती। तो जोड़ा झूठ हों वो बहुत बारी बोलिया जाता तो ज़्यादा उची बोलिया जाता, इस करके समझ लें भी शायद भी नैतिकता भी बहुत लोगों घट आ, पर अज भी मैं कह सकता पंजाबियों नैतिकता बहुत ज़्यादा हैगी। ਜਦੋਂ ਕੋਈ ਮੈਨੂੰ ਬੰਦਾ ਇਹ ਕਹਿੰਦਾ ਵੀ ਅੱਜ ਕੱਲ੍ਹ ਨੈਤਿਕਤਾ ਖਤਮ ਹੋ ਗਈ ਆ, ਮੈਂ ਉਸ ਗੱਲ ਨੂੰ ਕਦੇ ਨਹੀਂ ਮੰਨਿਆ, ਪਰ ਸਾਨੂੰ ਜ਼ਰੂਰਤ ਹੈਗੀ ਆ ਬੱਚਿਆਂ ਤੋਂ ਸ਼ੁਰੂ ਕਰੀਏ, ਬੱਚਿਆਂ ਤੋਂ ਇਸ ਕਰਕੇ ਸ਼ੁਰੂ ਕਰੀਏ ਕਿ ਚਾਈਨਾ ਦੀ ਗੱਲ ਆ ਵੀ ਜਦੋਂ ਸਪੋਰਟਸ ਵਿੱਚ ਕਮਜ਼ੋਰ ਹੋ ਗਏ ਸੀਗੇ ਉਹਨਾਂ ਨੇ ਸਾਰਾ ਆਪਣਾ ਬਜਟ ਈਵਨ ਕਿ ਪਾਰਟੀਸਪੇਟ ਕਰਨਾ ਹੀ ਬੰਦ ਕਰਤਾ ਸੀਗਾ ਵਰਲਡ ਦੀਆਂ ਗੇਮਾਂ ਵਿੱਚ, ਅਤੇ ਉਹਨਾਂ ਆਪਣਾ ਸਾਰਾ ਬਜਟ 3 ਸਾਲ ਦੇ ਬੱਚਿਆਂ ਤੋਂ ਸ਼ੁਰੂ ਕੀਤਾ, ਅਤੇ ਜਦੋਂ 15 ਸਾਲ ਬਾਅਦ ਉਹ ਸਪੋਰਟਸ ਵਿੱਚ ਆਏ ਅਤੇ ਇੰਟਰਨੈਸ਼ਨਲ ਲੈਵਲ 'ਤੇ ਉਹਨਾਂ ਨੇ ਬਹੁਤ ਸਾਰੀ ਅਚੀਵਮੈਂਟ ਕੀਤੀਆਂ ਸੀ। ਇਸ ਕਰਕੇ ਸਾਡਾ ਵੀ ਇੱਕ ਜ਼ੋਰ ਲੱਗਾ ਹੈਗਾ ਵਾ ਅਸੀਂ ਬੱਚਿਆਂ ਤੋਂ ਛੋਟੇ ਬੱਚਿਆਂ ਤੋਂ ਸ਼ੁਰੂ ਕਰਾਂਗੇ। ਅਸੀਂ ਅੱਜ ਕੱਲ੍ਹ ਜਿੰਨੇ ਵੀ ਸੈਮੀਨਾਰ ਅਸੀਂ ਕਾਨਫਰੰਸ ਨਾਲੋਂ ਪ੍ਰੈਫਰੈਂਸ ਦਿੰਦਾ ਹੁੰਦਾ ਵੀ ਕੋਈ ਸੈਮੀਨਾਰ ਜਾਂ ਵਰਕਸ਼ਾਪ ਲੱਗੇ ਜਿਹਦੇ ਵਿੱਚ ਟੀਚਰ ਹੀ ਆਉਣ। ਇਹ ਕਿਤਾਬ ਜਿਹੜੀ ਤਿਆਰ ਕੀਤੀ ਹੈ ਜੀ ਅਸੀਂ ਚਾਹੁੰਦੇ ਹਾਂ ਵੀ ਇਹ ਬੱਚਿਆਂ ਲਈ ਚਾਹੇ ਕੰਪਲਸਰੀ ਹੋਵੇ ਜਾਂ ਨਾ ਹੋਵੇ, ਇੱਕ ਅਧਿਆਪਕ ਦੇ ਲਈ ਅਤੇ ਇੱਕ ਮਾਪਿਆਂ ਦੇ ਲਈ ਇਹ ਜ਼ਰੂਰ ਕੰਪਲਸਰੀ ਚਾਹੀਦੀ ਆ। ਹੁਣ ਤੱਕ ਸਾਡੀ ਇਹ ਕਿਤਾਬ ਤਕਰੀਬਨ 30,000 ਪਰਿਵਾਰਾਂ ਵਿੱਚ ਜਾ ਚੁੱਕੀ ਆ, ਅਤੇ ਵੱਡਾ ਸਾਡਾ ਜਿਹੜਾ ਨਿਸ਼ਾਨਾ ਉਹ ਹੈਗਾ ਸੰਸਾਰ ਦੇ ਹਰੇਕ ਪੰਜਾਬੀ ਦੇ ਘਰ ਵਿੱਚ ਇਹ ਕਿਤਾਬ ਹੋਵੇ। ਬਿਲਕੁਲ ਜੀ, ਬਹੁਤ ਖੂਬਸੂਰਤ ਉਪਰਾਲਾ ਜੀ, ਔਰ ਅਸੀਂ ਸਮਝਦੇ ਹਾਂ ਕਿ ਸ਼ਾਇਦ ਇੱਕ ਤੁਸੀਂ ਉਪਰਾਲਾ ਕਰਦੇ ਹੋ ਔਰ ਅਸੀਂ ਸੋਸ਼ਲ ਮੀਡੀਆ ਔਰ ਸਾਡਾ ਜਿਹੜਾ ਦੂਜਾ ਪ੍ਰਿੰਟ ਮੀਡੀਆ ਹੋ ਗਿਆ ਜਾਂ ਸਾਡਾ ਰੇਡੀਓ ਮੀਡੀਆ ਜਾਂ ਟੀ ਵੀ ਮੀਡੀਆ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਇਸ ਮੀਡੀਆ ਦੇ ਦਰਪਣ ਨੂੰ ਲੈ ਕੇ ਅਤੇ ਤੁਸੀਂ ਅਸੀਂ ਜੇ ਸ਼ੁਰੂ ਕਰਦੇ ਹਾਂ ਕਿਤਾਬੀ ਜਿਹੜਾ ਹੈਗਾ ਉਹ ਵੀ ਇੱਕ ਜ਼ਰੀਆ ਲੋਕਾਂ ਤੱਕ ਮੈਸੇਜ ਲੈ ਕੇ ਜਾਣ ਦਾ। ਅਤੇ ਤੁਹਾਡੇ ਹੋਰ ਕੋਈ ਜਿਹੜੇ ਐਸੇ ਉਪਰਾਲੇ ਕੋਈ ਸੋਰਸਿਸ ਜਿਹੜੇ ਤੁਸੀਂ ਜਿਹੜੇ ਹੁਣ ਪਲਾਨ ਦੇ ਵਿੱਚ ਹੈਗੇ ਨੇ ਜਿਹਨਾਂ ਦੇ ਰਾਹੀਂ ਇਹ ਜਿਹੜਾ ਇਹ ਮੈਸੇਜ ਹੈ ਇਹ ਖੂਬਸੂਰਤ ਇੱਕ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਚਾਹੁੰਦੇ ਹੋ ਅਵੇਅਰਨੈਸ ਹੈ ਲੋਕਾਂ ਤੱਕ ਪਹੁੰਚਾਈ ਜਾਵੇ? ਉਹਦੇ ਲਈ ਸਿੱਧੂ ਸਾਹਿਬ ਅਗੇ ਨੈਤਿਕਤਾ ਦੀ ਗੱਲ ਆਪਾਂ ਸ਼ੁਰੂ ਕੀਤੀ ਸੀ ਉਹਦੀ ਕਿਤਾਬ ਤਿਆਰ ਹੋ ਗਈ ਆ ਅਤੇ ਉਹਦਾ ਕੰਮ ਆਲਰੇਡੀ ਚੱਲ ਰਿਹਾ ਹੈਗਾ। ਉਸ ਮੁਹਿੰਮ ਨੂੰ ਅੱਗੇ ਤੋਰਨ ਲਈ ਅਸੀਂ ਆਸਟ੍ਰੇਲੀਆ ਆਏ ਹੈਗੇ ਹਾਂ, ਬਹੁਤ ਸਾਰੇ ਲੋਕ ਇਹ ਇੰਟਰਵਿਊ ਵੀ ਸੁਣਨਗੇ ਉਹਨਾਂ ਨੂੰ ਪਤਾ ਵੀ ਲੱਗੂਗਾ। ਹੁਣ ਅੱਗੇ ਤੋਂ ਜਿਹੜੀ ਇਸ ਸਾਲ ਕਾਨਫਰੰਸ ਹੋ ਰਹੀ ਆ ਉਹ ਹੈਗਾ ਵਾ ਵੀ ਪੰਜਾਬੀਆਂ ਨੂੰ ਸੰਸਾਰ ਵਿੱਚ ਕੀ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਕੀ ਹੈਗੇ ਆ। ਅਤੇ ਮੈਨੂੰ ਲੱਗਦਾ ਵੀ ਜਿਵੇਂ ਨੈਤਿਕਤਾ ਦੀ ਮੁਹਿੰਮ ਇੱਕ ਸਫਲ ਮੁਹਿੰਮ ਚੱਲ ਰਹੀ ਹੈਗੀ ਆ, ਉਸੇ ਤਰ੍ਹਾਂ ਹੀ ਨਾਲ ਹੀ ਇਹ ਜਿਹੜਾ ਵੀ ਪੰਜਾਬੀਆਂ ਨੂੰ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਬਾਰੇ ਵੀ ਅਸੀਂ ਇਹਦਾ ਜੇ ਕੋਈ ਸਮਾਧਾਨ ਕੋਈ ਹੱਲ ਭਾਲਾਂਗੇ। ਅਤੇ ਇਹਦਾ ਮੇਰੇ ਖਿਆਲ ਪੰਜਾਬੀ ਕਮਿਊਨਿਟੀ ਨੂੰ ਬਹੁਤ ਫਾਇਦਾ ਹੋਊਗਾ। ਇਹਦੇ ਲਈ ਸਾਨੂੰ ਬਹੁਤ ਵੱਡੇ ਸਾਹਿਤਕਾਰ ਬਹੁਤ ਵੱਡੇ ਰਾਈਟਰ ਨਹੀਂ ਚਾਹੀਦੇ, ਆਮ ਸਧਾਰਨ ਬੰਦਾ ਵੀ ਜਿਹੜਾ ਸਮਝਦਾ ਵੀ ਸੰਸਾਰ ਵਿੱਚ ਪੰਜਾਬੀਆਂ ਨੂੰ ਕੀ ਮੁਸ਼ਕਲਾਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਾ ਲਵੇ, ਜਾਂ ਸਾਡੀ ਵਰਲਡ ਪੰਜਾਬੀ ਕਾਨਫਰੰਸ ਕੈਨੇਡਾ .com ਹੈਗਾ ਵਾ ਵੈਬਸਾਈਟ ਦੇ ਰਾਹੀਂ ਸਾਡੇ ਨਾਲ ਸੰਪਰਕ ਕਰ ਰਹੇ, ਚਾਹੇ 1 ਪੇਜ 2 ਪੇਜ ਉਹ ਅਸੀਂ ਹਰੇਕ ਨੂੰ ਬੇਨਤੀ ਇੱਕੋ ਕੀਤੀ ਆ ਵੀ ਇਕੱਲੀਆਂ ਗਾਲਾਂ ਨਹੀਂ ਕੱਢੀ ਜਾਣੀਆਂ, ਕਿਸੇ ਨੂੰ ਮਾੜਾ ਨੁਕਸ ਨਹੀਂ ਕੱਢੀ ਜਾਣੇ ਵੀ ਜਿਹੜਾ ਵੀ ਤੁਸੀਂ ਰਿਸਰਚ ਪੇਪਰ ਲਿਖਦੇ ਹੋ 40% ਉਹਦੇ ਤੁਸੀਂ ਨੁਕਸ ਦੱਸੋ ਅਤੇ 60% ਉਹਦਾ ਹੱਲ ਦੱਸੋ ਤਾਂ ਫਾਇਦਾ ਹੈਗਾ। ਜੇ ਇੱਕ ਚੀਜ਼ ਨੂੰ ਇਕੱਲਾ ਮਾੜਾ ਹੀ ਕਹੀ ਜਾਵਾਂਗੇ ਉਹਦਾ ਹੱਲ ਨਹੀਂ ਦੱਸਾਂਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੋਣਾ। ਬਿਲਕੁਲ ਜੀ, ਔਰ ਮੈਂ ਸਮਝਦਾ ਕਿ ਜਿਹੜਾ ਫੀਡਬੈਕ ਹੈ ਲੋਕਾਂ ਦਾ ਉਹ ਸਿਰ ਮੱਥੇ, ਪਰ ਉਹਦੇ ਨਾਲ ਨਾਲ ਉਹ ਜੇ ਸਾਡੀ ਕੋਈ ਮਦਦ ਕਰ ਰਿਹਾ ਜਾਂ ਤੁਹਾਡੀ ਕੋਈ ਮਦਦ ਕਰਨੀ ਚਾਹੁੰਦਾ ਤਾਂ ਇੱਕ ਨੁਕਸ ਦੇ ਨਾਲ ਨਾਲ ਜਿੱਦਾਂ ਕਿ ਤੁਸੀਂ ਕਿਹਾ ਕਿ ਹੱਲ ਵੀ ਜਿਹੜਾ ਦੱਸਣਾ ਬਹੁਤ ਜ਼ਰੂਰੀ ਹੈ। ਮੈਂ ਇੱਕ ਗੱਲ ਚੇਤੇ ਆ ਗਈ ਜੀ, ਮੇਰੇ ਇੱਕ ਕਲਾਕਾਰ ਨੇ ਬੜੀ ਖੂਬਸੂਰਤ ਪੇਂਟਿੰਗ ਬਣਾਈ ਔਰ ਉਸਨੇ ਐਗਜ਼ੀਬਿਸ਼ਨ ਦੇ ਵਿੱਚ ਲਾਤੀ ਅਤੇ ਨਾਲ ਇੱਕ ਪੇਜ ਰੱਖਤਾ ਕਿ ਮੈਨੂੰ ਇਹਦੇ ਵਿੱਚ ਗਲਤੀਆਂ ਦੱਸ ਦਿਓ। ਠੀਕ ਹੈ ਜੀ। ਅਤੇ ਉਹ ਗਲਤੀਆਂ ਦੀ ਲਿਸਟ ਜਿਹੜੀ ਬਹੁਤ ਲੰਬੀ ਚਲੀ ਗਈ ਔਰ ਮੈਨੂੰ ਲੱਗਦਾ ਕਿ ਉਸ ਕਲਾਕਾਰ ਨੇ ਅਗਲੇ ਦਿਨ ਪਰਚੇ ਲਾ ਕੇ ਫਿਰ ਉਸਨੇ ਉਸ ਪਰਚਿਆਂ ਦੇ ਨਾਲ ਸਾਈਡ ਦੇ ਉੱਤੇ ਰੱਖਤਾ ਔਰ ਅਗਲੇ ਦਿਨ ਬੁਰਸ਼ ਅਤੇ ਪੇਂਟ ਸਾਰਾ ਕੁਛ ਰੱਖਤਾ, ਫਿਰ ਲਿਖਤਾ ਕਿ ਇਹ ਗਲਤੀਆਂ ਨੂੰ ਕਰੈਕਟ ਕੀਤਾ ਜਾਵੇ ਅਤੇ ਉਸ ਦੇ ਵਿੱਚ ਇੱਕ ਬ੍ਰਸ਼ ਵੀ ਨਹੀਂ ਚੱਲਿਆ। ਬਿਲਕੁਲ, ਤੁਹਾਡੀ ਇਹ ਗੱਲ ਬਹੁਤ ਸਹੀ ਹੈਗਾ। ਇਹ ਸਾਡੀ ਕਿਤਾਬ ਨਾਲ ਵੀ ਇੱਦਾਂ ਹੋਇਆ,
ਜਿਹੜੀ ਅਸੀਂ ਨੈਤਿਕ ਨਿਯਮ ਕਿਤਾਬ ਕੱਢੀ ਆ ਇਹ 6ਵਾਂ ਐਡੀਸ਼ਨ ਕੀਤਾ। ਇਹਦੇ ਵਿੱਚ ਸਾਡੀ ਲੋਕਾਂ ਨੇ ਸਾਨੂੰ ਨੁਕਸ ਵੀ ਬਹੁਤ ਕੱਢੇ ਅਤੇ ਇਹਨਾਂ ਨੇ ਹੱਲ ਵੀ ਬਹੁਤ ਸ਼ੁਰੂ ਕੀਤੇ। ਸ਼ੁਰੂ ਦੇ ਵਿੱਚ ਇਹ ਸਿਰਫ 16 ਕੈਟਾਗਰੀ ਬਣਾਈਆਂ ਸੀਗੀਆਂ ਵੀ ਇਹਨਾਂ ਨੂੰ ਨੈਤਿਕਤਾ ਆਖਦੇ ਆ। ਬਹੁਤ ਸਾਰੇ ਲੋਕਾਂ ਵਧਾ ਕੇ ਹੁਣ 22 ਕੈਟਾਗਰੀਜ਼ ਉਹਦੇ 'ਚ ਬਣ ਚੁੱਕੀਆਂ ਹੈਗੀਆਂ ਵਾ, ਜਿੱਦਾਂ ਸੱਚ ਬੋਲਣਾ, ਨਿਮਰਤਾ ਹੈਗਾ ਵਾ, ਹੌਂਸਲਾ ਵਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਸਾਰੇ ਇਹੋ ਜਿਹੇ ਵੀ ਚੰਗੀ ਤੁਸੀਂ ਸਿਹਤ ਰੱਖਣੀ, ਇਹੋ ਜਿਹੀਆਂ ਤਕਰੀਬਨ ਦੇਸ਼ ਪ੍ਰੇਮ। ਕੋਈ ਦੇਸ਼ ਦਾ ਨੇਤਾ ਮਾੜਾ ਹੋ ਸਕਦਾ, ਦੇਸ਼ ਮਾੜਾ ਨਹੀਂ ਹੁੰਦਾ। ਇਸ ਕਰਕੇ ਹਰੇਕ ਨੂੰ ਬੰਦੇ ਨੂੰ ਆਪਣੇ ਆਪਦੇ ਦੇਸ਼ ਦਾ ਭਗਤ ਵੀ ਹੋਣਾ ਚਾਹੀਦਾ ਹੈਗਾ ਅਤੇ ਉਹਦੇ ਬਾਰੇ ਨੈਸ਼ਨਲ ਕਰੈਕਟਰ ਵੀ ਬੰਦੇ ਦਾ ਹੋਣਾ ਚਾਹੀਦਾ ਹੈਗਾ। ਬਹੁਤ ਵਧੀਆ ਕਿਤਾਬ ਆ, ਇਹਦੇ ਵਿੱਚ ਮੈਨੂੰ ਲੱਗਦਾ ਹੁੰਦਾ ਇੱਕ ਤਰ੍ਹਾਂ ਦੀ ਬਹੁਤ ਹੀ ਸੋਹਣੀ ਕਿਤਾਬ ਹੈਗੀ। ਜਿਹੜਾ ਪੜ੍ਹੂਗਾ ਇਹਨੂੰ ਉਹਨੂੰ ਬੜੀ ਸ਼ਾਂਤੀ ਮਿਲੂਗੀ, ਤੁਹਾਡਾ ਜੀਵਨ ਵੀ ਸੌਖਾ ਨਿਕਲੂਗਾ। ਬਿਲਕੁਲ ਜੀ, ਔਰ ਬਹੁਤ ਬਹੁਤ ਸ਼ੁਕਰੀਆ ਜੀ ਚੱਡਾ ਸਾਹਿਬ ਤੁਹਾਡੇ ਟਾਈਮ ਦੇ ਲਈ। ਔਰ ਦੋਸਤੋ, ਜਿਹੜੀ ਕਿਤਾਬ ਦਾ ਲਿੰਕ ਹੈ ਜਿਹੜਾ ਉਹ ਅਸੀਂ ਇਸ ਵੀਡੀਓ ਦੇ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਔਰ ਹੋਰ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਇਹਨਾਂ ਦੇ ਅਸੀਂ ਕੰਟੈਕਟ ਡਿਟੇਲਸ ਜਿਹੜੀਆਂ ਨੇ ਉਹ ਵੀ ਵੀਡੀਓ ਦੇ ਨੀਚੇ ਦਿੱਤੀਆਂ ਹੋਈਆਂ ਨੇ, ਅਤੇ ਤੁਸੀਂ ਇਹਨਾਂ ਨੂੰ ਸੰਪਰਕ ਕਰਕੇ ਹੋਰ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਔਰ ਚੱਡਾ ਸਾਹਿਬ, ਅਸੀਂ ਵੀ ਇੱਕ ਐਜ਼ ਅ ਮੀਡੀਆ ਤੁਹਾਡੇ ਨਾਲ ਅਸੀਂ ਆਪਣਾ ਵਾਅਦਾ ਕਰਦੇ ਹਾਂ ਕਿ ਪੰਜਾਬੀ ਮਾਂ ਬੋਲੀ ਦੇ ਲਈ, ਪੰਜਾਬੀ ਕਲਚਰ ਦੇ ਲਈ ਜੋ ਵੀ ਸਾਡੇ ਤੋਂ ਸਰਦਾ ਬਣਦਾ ਅਸੀਂ ਉਹਦੇ ਲਈ ਬਿਲਕੁਲ ਹਾਜ਼ਰ ਹਾਂ। ਔਰ ਤੁਹਾਡਾ ਜਿਹੜਾ ਮੈਸੇਜ ਹੈ ਔਰ ਜੋ ਵੀ ਇੱਕ ਇਨੀਸ਼ੀਏਟ ਤੁਸੀਂ ਕਰ ਰਹੇ ਹੋ ਬਹੁਤ ਚੰਗਾ ਉਪਰਾਲਾ ਹੈ, ਔਰ ਅਸੀਂ ਉਹਦੇ ਵਿੱਚ ਜਿੰਨਾ ਕੁ ਵੀ ਆਪਣਾ ਹੱਲ ਅਸੀਂ ਉਹਦੀ ਹੈਲਪ ਕਰ ਪਾਈਏ ਤਾਂ ਸਾਨੂੰ ਅਸੀਂ ਆਪਣੇ ਆਪ ਨੂੰ ਕੁਛ ਸਮਝਣ। ਮਾਤ ਭਾਸ਼ਾ ਦੇ ਵਿੱਚ ਸਿੱਧੂ ਸਾਹਿਬ ਇੱਕ ਸਿੱਖਿਆ ਜਿਹੜਾ ਗਿਆਨ ਲੈਣਾ ਹੈਗਾ ਬਹੁਤ ਸੌਖਾ ਅਤੇ ਜਲਦੀ ਆ ਜਾਂਦਾ। ਅਤੇ ਜਿਹੜੇ ਜਿਹਨੂੰ ਇੱਕ ਆਪਣੀ ਮਾਤ ਭਾਸ਼ਾ ਬਹੁਤ ਚੰਗੀ ਤਰ੍ਹਾਂ ਆਉਂਦੀ ਹੋਵੇ ਉਹ ਦੂਸਰੀਆਂ ਭਾਸ਼ਾਵਾਂ ਨੂੰ ਵੀ ਸੌਖਾ ਸਿੱਖ ਸਕਦਾ ਹੈਗਾ। ਇਸ ਕਰਕੇ ਮੈਂ ਹਰੇਕ ਨੂੰ ਇਹੀ ਬੇਨਤੀ ਕਰੂੰਗਾ, ਜਿਹੜਾ ਮੇਨ ਗਿਆਨ ਹੈਗਾ ਵਾ ਉਹ ਆਪਣੀ ਮਾਤ ਭਾਸ਼ਾ ਵਿੱਚ ਲਓ, ਦੂਸਰੀਆਂ ਭਾਸ਼ਾਵਾਂ ਨੂੰ ਸਿੱਖ ਲਓ। ਅਤੇ ਸਾਨੂੰ ਕਿਸੇ ਦਾ ਲਿਟਰੇਚਰ ਪੜ੍ਹਨ ਦੀ ਲੋੜ ਨਹੀਂ, ਜੋ ਦੂਸਰੀਆਂ ਭਾਸ਼ਾਵਾਂ ਸਿੱਖਣੀਆਂ ਤੁਸੀਂ 6 ਮਹੀਨੇ ਸਿੱਖ ਸਕਦੇ ਹੋ, ਸਾਲ ਸਿੱਖ ਸਕਦੇ, 2 ਸਾਲ ਸਿੱਖ ਸਕਦੇ ਹੋ। ਇਸ ਜ਼ਮਾਨੇ ਦੇ ਵਿੱਚ ਇੱਕ ਭਾਸ਼ਾ ਦੇ ਨਾਲ ਕੋਈ ਵੀ ਖਾਣਾ ਨਹੀਂ ਖਾ ਸਕਦਾ, ਆਪਣਾ ਰੁਜ਼ਗਾਰ ਨਹੀਂ ਕਮਾ ਸਕਦਾ। ਹਰੇਕ ਬੰਦਾ ਜਿੰਨੀਆਂ ਭਾਸ਼ਾਵਾਂ ਆਉਂਦੀਆਂ ਉਨੇ ਹੀ ਬੰਦਿਆਂ ਦੇ ਬਰਾਬਰ ਹੈਗਾ ਵਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੌਕਾ ਦਿੱਤਾ ਤੁਹਾਡੇ ਨਾਲ ਲੋਕਾਂ ਦੇ ਸਾਂਝ ਪਈ।